ਭਾਈ ਸਾਹਿਬ ਜੀ ਨੇ ਨਾਲ ਦੇ ਹੀ ਸਿੱਖ ਦੇ ਕੋਲੋਂ ਸਵਾਲ ਕੀਤਾ ਹੈ ਕਿ ਇਹ ਰੱਬੀ ਕਲਾਮ ਦੇ ਮਾਲਕ ਕੌਣ ਹੈ, ਜਿਨ੍ਹਾਂ ਦੇ ਕਲਾਮ ਨੇ ਮੇਰੇ ਮਾਲਕ ਮੇਰੇ ਮਨ ਨੂੰ ਅਡੋਲਤਾ ਦੇ ਵਿੱਚ ਹੀ ਸ਼ਾਂਤ ਕਰ ਦਿੱਤਾ ਹੈ। ਇੱਥੋਂ ਤੱਕ ਕਿ ਇਸ ਰੱਬੀ ਕਲਾਮ ਦੇ ਮਾਲਕ ਦੇ ਕਲਾਮ ਨੂੰ ਸੁਣ ਕਰਕੇ ਤਾਂ ਹਰ ਕੋਈ ਜੀਵ ਜੰਤੂ ਵੀ ਅੜੋਲਤਾ ਦੇ ਵਿੱਚ ਹੀ ਸ਼ਾਂਤ ਬੈਠਾ ਹੋਵੇਗਾ। ਤਾਂ ਫਿਰ ਨਾਲ ਦੇ ਸਿੱਖਾਂ ਨੇ ਦੱਸਣਾ ਕੀਤਾ ਕਿ ਇਹ ਰੱਬੀ ਅਲਾਹੀ ਜੋਤ ਦੇ ਮਾਲਕ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਛੇਵੀਂ ਜੋਤ ਦੇ ਮਾਲਕ, ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ, ਅਤੇ ਗੁਰੂ ਸਵਾਜ ਫਿਰ ਭਾਈ ਸਾਧ ਜੀ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ। ਸਤਿਗੁਰਾਂ ਨੂੰ ਨਮਸਕਾਰ ਕੀਤੀ, ਇਹ ਦਰਸ਼ਨ ਦਾਰੇ ਕਰਦੇ ਆ, ਸਤਿਗੁਰਾਂ ਦੇ ਰੱਬੀ ਕਲਾਮ ਨੂੰ ਸੁਣਦੇ ਆ, ਮਨ ਬੜਾ ਹੀ ਸ਼ਾਂਤ ਹੋ ਰਿਹਾ ਹੈ, ਮਨ ਬੜਾ ਆਨੰਦਿਤ ਹੋ ਰਿਹਾ ਹੈ। ਅਤੇ ਭਾਈ ਸਾਧ ਜੀ ਵੀ ਹੁਣ ਗੁਰੂ ਕੇ ਸੱਜੇ ਹੋਏ ਦੀਵਾਨਾਂ ਦੇ ਵਿੱਚ ਟਿਕ ਕੇ ਬੈਠ ਗਏ ਨੇ, ਅਤੇ ਜਿਵੇਂ ਹੀ ਟਿਕ ਕੇ ਬੈਠੇ ਆ ਅਤੇ ਸਮਾਂ ਬਤੀਤ ਹੋਇਆ ਏ, ਅਤੇ ਅਚਾਨਕ ਹੀ ਘਰ ਵਾਲੀ ਨੇ ਗੁਰੂ ਪਿਆਰੋ ਪਿੱਛੇ ਨੂੰ ਝਾਕਿਆ ਏ, ਅਤੇ ਜਿਵੇਂ ਹੀ ਘਰ ਵਾਲੀ ਨੇ ਪਿੱਛੇ ਨੂੰ ਝਾਕਣਾ ਕੀਤਾ ਅਤੇ ਕੀ ਤੱਕਦੀ ਏ ਕਿ ਉਹਦਾ ਪਤੀ ਸਾਧ ਵੀ ਇਸੇ ਦੀਵਾਨ ਦੇ ਵਿੱਚ ਬੈਠਾ ਹੋਇਆ ਏ। ਜਿਵੇਂ ਘਰ ਵਾਲੀ ਨੇ ਪਿੱਛੇ ਮੁੜ ਕੇ ਵੇਖਿਆ ਅਤੇ ਮਨ ਵਿੱਚ ਇੱਕ ਡਰ ਆ ਗਿਆ ਏ, ਫਿਰ ਚੇਤਾ ਆਇਆ ਕਿ ਮੈਂ ਤਾਂ ਸਵੇਰੇ ਅੰਮ੍ਰਿਤ ਵੇਲੇ ਆਉਣ ਲੱਗਿਆਂ ਕਿਸੇ ਨੂੰ ਦੱਸ ਕੇ ਨਹੀਂ ਆਈ, ਅਤੇ ਲਾਜ਼ਮੀ ਹੈ ਕਿ ਮੈਂ ਕਿਸੇ ਨੂੰ ਦੱਸ ਕੇ ਨਹੀਂ ਆਈ ਅਤੇ ਇਹ ਸਾਰੇ ਮੇਰੀ ਭਾਲ ਦੇ ਵਿੱਚ ਹੀ ਦੌੜ ਭੱਜ ਕਰਦੇ ਪਏ ਹੋਣਗੇ। ਅਤੇ ਗੁਰੂ ਸਵਾਰਿਓ ਫਿਰ ਇਹਨਾਂ ਨੇ ਇਸ ਪਤਨੀ ਨੇ ਆਪਣੇ ਪਤੀ ਕੋਲ ਉੱਠ ਕੇ ਆਉਣ ਦਾ ਤਕਲਫ ਕੀਤਾ ਅਤੇ ਪਤੀ ਦੇ ਅੱਗੇ ਹੱਥ ਜੋੜ ਕੇ ਆਖਣ ਲੱਗੀ ਕਿ ਮੇਰੇ ਸਾਈ ਮੈਨੂੰ ਖਿਮਾ ਕਰ ਦੇਵੀਂ, ਕਿਉਂਕਿ ਜਿਸ ਵਕਤ ਮੇਰੀ ਪੀੜ੍ਹੀ ਦੇ ਮਾਲਕ ਸਤਿਗੁਰਾਂ ਦੇ ਮੁਬਾਰਕ ਬਚਨ ਮੇਰੇ ਕੰਨਾਂ ਵਿੱਚ ਪਏ, ਮੈਂ ਤਾਂ ਦੌੜੀ ਚਲੀ ਆਈ ਅਤੇ ਮੈਨੂੰ ਇਹ ਵੀ ਕੋਈ ਸੁੱਤ ਬੁੱਧ ਨਾ ਰਹੀ ਕਿ ਮੈਂ ਆਪ ਜੀਆਂ ਨੂੰ ਦੱਸ ਆਵਾਂ ਕਿ ਮੈਂ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾ ਰਹੀ ਹਾਂ, ਗੁਰੂ ਦੇ ਮੁਬਾਰਕ ਬਚਨ ਸੁਣਨ ਵਾਸਤੇ ਜਾ ਰਹੀ ਹਾਂ, ਅਤੇ ਹੇ ਮੇਰੇ ਸਿਰ ਦੇ ਸਾਈਂ ਮੇਰੇ ਪਤੀ ਮੈਨੂੰ ਮਾਫ਼ ਕਰ ਦੇਵੀਂ। ਅਤੇ ਭਾਈ ਸਾਹਿਬ ਜੀ ਆਖਣ ਲੱਗੇ, ਭਲੀਏ ਲੋਕੇ ਤੂੰ ਚੁੱਪ ਕਰ, ਤੂੰ ਬੈਠ, ਤੂੰ ਨਹੀਂ ਜਾਣਦੀ ਤੂੰ ਅੱਜ ਮੇਰੇ 'ਤੇ ਕਿੰਨਾ ਵੱਡਾ ਪਰ ਉਪਕਾਰ ਕੀਤਾ ਏ, ਕਿਉਂਕਿ ਗੁਰੂ ਸਵਾਰਿਓ ਇਹ ਭਾਈ ਸਾਧ ਜੀ ਦਾ ਸਾਰਾ ਪਰਿਵਾਰ ਸਖੀ ਸਰਵਰੀਆਂ ਨੂੰ ਪੂਜਣ ਵਾਲਾ ਸੀਗਾ, ਅਤੇ ਅੱਜ ਪਹਿਲੀ ਵਾਰ ਜਦੋਂ ਛੇਵੇਂ ਪਾਤਸ਼ਾਹ ਦੇ ਦਰਸ਼ਨ ਦਿਦਾਰੇ ਕੀਤੇ ਹੈ ਨਾ, ਅਤੇ ਇਹ ਭਾਈ ਸਾਹਿਬ ਆਖਣ ਲੱਗੇ ਆਪਣੀ ਪਤਨੀ ਨੂੰ, ਭਲੀਏ ਲੋਕੇ ਤੂੰ ਨਹੀਂ ਜਾਣਦੀ ਤੂੰ ਮੇਰੇ ਉੱਪਰ ਕਿਤਨਾ ਪਰ ਉਪਕਾਰ ਕੀਤਾ ਹੈ, ਇਸ ਕਾਰਨ ਤੂੰ ਚੁੱਪ ਕਰਕੇ ਬੈਠ ਅਤੇ ਗੁਰੂ ਦੇ ਮੁਬਾਰਕ ਬਚਨ ਜ਼ਰੂਰ ਸੁਣ। ਪਤਨੀ ਚੁੱਪ ਕਰਕੇ ਸ਼ਾਂਤ ਹੋ ਕੇ ਬੈਠ ਗਈ ਹੈ। ਥੋੜ੍ਹਾ ਸਮਾਂ ਬਤੀਤ ਹੋਇਆ, ਦੀਵਾਨ ਦੀ ਸਮਾਪਤੀ ਹੋਈ ਹੈ, ਅਤੇ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਸਾਰੇ ਕੜਾ ਪ੍ਰਸ਼ਾਦੀ ਦੇਖ ਲੈ ਕਰਕੇ ਆਪੋ ਆਪਣੇ ਟਿਕਾਣਿਆਂ ਨੂੰ ਚਾਲੇ ਪਾ ਗਏ ਨੇ। ਸਤਿਗੁਰੂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਤੱਕਿਆ, ਮੁਸਕਰਾਏ ਹੈ, ਅਤੇ ਗੁਰੂ ਸਾਹਿਬਾਨ ਜੀ ਨੇ ਦੋਵਾਂ ਪਤੀ ਪਤਨੀ ਨੂੰ ਕੋਲ ਬੁਲਾਇਆ ਏ, ਅਤੇ ਸਤਿਗੁਰਾਂ ਨੇ ਅਸੀਸਾਂ ਦੇ ਨਾਲ ਨਿਵਾਜਣਾ ਕੀਤਾ।
ਗੁਰੂ ਸਾਹਿਬਾਨ ਜੀ ਦੇ ਕੋਲੋਂ ਆਗਿਆ ਲੈ ਕਰਕੇ ਦੋਵੇਂ ਪਤੀ ਤੇ ਪਤਨੀ ਆਪਣੇ ਟਿਕਾਣੇ ਤੇ ਪਹੁੰਚੇ ਹੈ। ਉੱਥੋਂ ਨਾਲ ਦੇ ਸਾਥੀਆਂ ਨੂੰ ਨਾਲ ਲੈ ਆਏ। ਪਤਨੀ ਨੇ ਸਾਰਿਆਂ ਦੇ ਕੋਲੋਂ ਖਿਮਾ ਮੰਗੀ, ਮਾਫੀ ਮੰਗੀ ਏ, ਤੇ ਫਿਰ ਉਸੇ ਟਿਕਾਣੇ ਤੋਂ ਅੱਗੇ ਆਪਣੇ ਘਰ ਵਾਸਤੇ ਰਵਾਨਾ ਹੋ ਗਏ ਨੇ, ਘਰ ਚਲੇ ਜਾਂਦੇ ਨੇ। ਭਾਈ ਸਾਧ ਜੀ ਦੀ ਮਾਤਾ ਨੇ ਇਸ ਸਮੁੱਚੀ ਹੀ ਬਰਾਤੀਆਂ ਦੀ ਸੰਗਤ ਦਾ ਆਓ ਭਗਤ ਕੀਤੀ ਹੈ ਤੇ ਰਸਮਾਂ ਦੇ ਮੁਤਾਬਕ ਪਾਣੀ ਵਾਰ ਕੇ ਪੀਤਾ ਹੈ। ਤੇ ਉਪਰੰਤ ਭਾਈ ਸਾਧ ਜੀ ਦੀ ਮਾਂ ਭਾਈ ਸਾਧ ਨੂੰ ਆਖਣ ਲੱਗੀ, ਪੁੱਤ ਘਰ ਦੇ ਵਿੱਚ ਜਿਹੜੀ ਸਖੀ ਸਰਵਰ ਦੀ ਜਗ੍ਹਾ ਬਣੀ ਹੈ ਨਾ, ਉੱਥੇ ਆਪਣੀ ਘਰਵਾਲੀ ਨੂੰ ਲੈ ਜਾ ਕੇ ਅਤੇ ਉੱਥੇ ਮੱਥਾ ਟੇਕ ਕੇ ਨਮਸਕਾਰ ਕੇ ਕਾਰ ਕਰਕੇ ਆ। ਅਤੇ ਖਿਆਲ ਕਰਿਓ, ਪਹਿਲਾਂ ਤਾਂ ਭਾਈ ਸਾਧ ਜੀ ਬਹੁਤ ਆਦ ਸਖੀ ਸਰਵਰੀ ਦੇ ਪੁਜਾਰੀ ਹੋਇਆ ਕਰਦੇ ਸਨ, ਘਰ ਦੇ ਵਿੱਚ ਇੱਕ ਪੀਰਖਾਨਾ ਬਣਾਇਆ ਹੋਇਆ ਸੀਗਾ, ਪਰ ਅੱਜ ਜਦੋਂ ਪਹਿਲੀ ਵਾਰ ਛੇਵੇਂ ਪਾਤਸ਼ਾਹ ਦੇ ਦਰਸ਼ਨ ਦਿਦਾਰੇ ਕੀਤੇ, ਪਹਿਲੀ ਵਾਰ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਾਵਨ ਮੁੱਖ ਤੋਂ ਅਰਬੀ ਕਲਾਮ ਸੁਣਿਆ ਏ, ਅਤੇ ਗੁਰੂ ਸਵਾਰਿਓ ਆਪਣਾ ਤਨ ਮਨ ਆਪਣਾ ਸਾਰਾ ਕੁਝ ਮਾਲਕ ਨੂੰ ਸਮਰਪਿਤ ਕਰ ਦਿੱਤਾ ਹੈ। ਮਾਲਕ ਦੀ ਸਿੱਖੀ ਧਾਰਨ ਕਰ ਲਈਏ, ਮਾਲਕ ਨੂੰ ਆਪਣਾ ਮੁਰਸ਼ਿਦ ਬਣਾ ਲਿਆ ਅਤੇ ਮਾਂ ਨੂੰ ਆਖਣ ਲੱਗਾ, ਮਾਂ ਮੈਂ ਜਿਤਨਾ ਚਿਰ ਤੱਕ ਗੁਰੂ ਦੀ ਸ਼ਰਨ ਵਿੱਚ ਨਹੀਂ ਪਹੁੰਚਿਆ, ਉਤਨਾ ਚਿਰ ਤੱਕ ਮੈਂ ਬਹੁਤਾਤ ਹੀ ਕਰਮ ਕਾਂਡਾਂ ਦੇ ਵੱਸ ਹੋ ਕਰਕੇ, ਵਹਿਮਾਂ ਭਰਮਾਂ ਦੇ ਵੱਸ ਹੋ ਕਰਕੇ ਇਹ ਕਰਮ ਕਾਂਡ ਕੀਤੇ ਹੈ, ਪਰ ਮਾਂ ਹਜ ਮੇਰੇ ਕੋਲੋਂ ਇਹ ਕਰਮ ਨਹੀਂ ਉਹ ਹੋਣਾ, ਕਿਉਂਕਿ ਮੈਂ ਗੁਰੂ ਦੇ ਕੋਲੋਂ ਗਿਆਨ ਪ੍ਰਾਪਤ ਕਰਕੇ ਆਇਆ ਹਾਂ ਅਤੇ ਅੱਜ ਮੈਨੂੰ ਮੇਰੇ ਗੁਰੂ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਗੁਰੂ ਦਾ ਸਿੱਖ ਕਦੇ ਗੱਲੀ ਬਾਤੀ ਨਹੀਂ ਜੀ ਬਣਿਆ ਜਾਂਦਾ, ਬਲਕਿ ਮੁਰਦੇ ਦੀ ਮੁਰੀਦ ਹੋਣਾ ਪੈਂਦਾ ਹੈ ਗੁਰੂ ਪਿਆਰੂ, ਮੁਰਦੇ ਦੀ ਨਿਆਈ ਹੀ ਮੁਰੀਦ ਬਣਨਾ ਪੈਂਦਾ ਹੈ, ਤਾਂ ਜਾ ਕਰਕੇ ਗੁਰੂ ਦਾ ਸਿੱਖ ਜਿਹੜਾ ਹੈ ਉਹ ਸਿੱਖੀ ਅਸੂਲਾਂ ਦੇ ਮੁਤਾਬਕ, ਸਿੱਖੀ ਸਿਧਾਂਤ ਦੇ ਮੁਤਾਬਕ ਪ੍ਰਵਾਨ ਹੈ। ਅਤੇ ਭਾਈ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਦੇ ਕਰਤਾ ਲਿਖਦੇ ਨੇ ਕਿ ਭਾਈ ਸਾਧ ਜੀ ਨੇ ਉਸ ਪੀਰਖਾਨੇ ਦੇ ਕੋਲ ਜਾ ਕਰਕੇ ਲੱਤ ਮਾਰ ਕੇ ਪੀਰਖਾਨਾ ਢਾ ਦਿੱਤਾ ਹੈ। ਹੁਣ ਖਿਆਲ ਕਰਿਓ, ਜਿਹਦੇ ਮਨ ਦੇ ਵਿੱਚ ਕਈ ਸਾਲਾਂ ਤੋਂ ਇਹ ਵਹਿਮਾਂ ਭਰਮਾਂ ਦੇ ਅੰਡੇ ਬਣੇ ਪਏ ਹੋਣ ਅਤੇ ਇੱਕ ਖਿੰਨ ਮਾਤਰ ਸਮੇਂ ਵਿੱਚ ਗੁਰੂ ਦੇ ਦਰਸ਼ਨ ਦਾਰੇ ਕੀਤੇ ਹੋਣ, ਗੁਰੂ ਦੇ ਸ਼ਬਦ ਨੂੰ ਸੁਣਿਆ ਹੋਵੇ ਅਤੇ ਉਹ ਘਰ ਜਾ ਕੇ ਪੀਰਖਾਨਾ ਢਾ ਦੇਵੇ, ਤਾਂ ਬੜੀ ਹੀ ਹੈਰਾਨਗੀ ਵਾਲੀ ਗੱਲ ਹੈ ਕਿ ਗੁਰੂ ਦੇ ਸ਼ਬਦ ਨੂੰ ਸੁਣਨ ਦਾ ਸਦਕਾ ਇਤਨੀ ਸੁਚੇਤਾ ਆ ਜਾਂਦੀ ਹੈ, ਇਤਨੀ ਪਾਵਰ ਆ ਜਾਂਦੀ ਹੈ, ਇੰਨੀ ਸਮਝ ਪੈ ਜਾਂਦੀ ਹੈ। ਪਰ ਮਾਫ ਕਰਿਓ, ਅੱਜ ਸਾਡੀਆਂ ਤਾਂ ਉਮਰਾਂ ਬੀਤ ਗਈਆਂ ਏ, ਅੱਜ ਸਾਡੇ ਮਨ ਵਿੱਚ ਗੁਰੂ ਦੇ ਗਿਆਨ ਦਾ ਪ੍ਰਕਾਸ਼ ਕਿਉਂ ਨਹੀਂ ਹੋ ਰਿਹਾ? ਅੱਜ ਗੁਰੂ ਸਵਾਰਿਓ ਜੇਕਰ ਕੋਈ ਮੇਰੇ ਵਰਗਾ ਭੁਲੱਕੜ ਜਿਹਾ ਦੱਸਣ ਲੱਗਦਾ ਹੈ ਨਾ ਕਿ ਭਾਈ ਫੋਟੋਆਂ ਨੂੰ ਮੱਥਾ ਨਾ ਟੇਕਿਆ ਕਰੋ, ਤੇ ਉਸੇ ਦਾ ਵਿਰੋਧ ਜਾਰੀ ਹੋ ਜਾਂਦਾ ਏ, ਉਸੇ ਦਾ ਵਿਰੋਧ ਜਾਰੀ ਹੋ ਜਾਂਦਾ ਏ ਕਿ ਅਸੀਂ ਫੋਟੋਆਂ ਨੂੰ ਮੱਥੇ ਕਿਉਂ ਨਾ ਟੇਕੀਏ। ਜੇਕਰ ਕੋਈ ਮੇਰੇ ਵਰਗਾ ਭੁਲੱਕੜ ਜਿਹਾ ਦੱਸਦਾ ਹੈ ਨਾ ਕਿ ਭਾਈ ਗੁਰੂ ਦਾ ਸਿਧਾਂਤ ਆਖਦਾ ਏ ਕਿ ਤੁਸੀਂ ਦੀਵੇ ਨਾ ਬਾਲਿਆ ਕਰੋ, ਤੇ ਫਿਰ ਉਸੇ ਦਾ ਵਿਰੋਧ ਸ਼ੁਰੂ ਹੋ ਜਾਂਦਾ ਕਿ ਅਸੀਂ ਦੀਵੇ ਕਿਉਂ ਨਾ ਬਾਲੀਏ।
ਭਾਵ ਕਿ ਉਮਰਾਂ ਬੀਤ ਗਈਆਂ ਸਾਡੀਆਂ, ਗੁਰੂ ਦੇ ਦਰਬਾਰ ਵਿੱਚ ਆਉਂਦੇ ਹਾਂ, ਗੁਰੂ ਦੇ ਸ਼ਬਦ ਨੂੰ ਸੁਣਦੇ ਹਾਂ, ਪਰ ਅਜੇ ਤੱਕ ਸਾਡੇ ਮਨ ਦੇ ਵਿੱਚ ਗੁਰੂ ਦੇ ਗਿਆਨ ਦਾ ਪ੍ਰਕਾਸ਼ ਨਹੀਂ। ਅਜੇ ਤੱਕ ਸਾਡਾ ਮਨ ਇਹਨਾਂ ਭਰਮ ਦੇ ਅੰਡਿਆਂ ਦੇ ਨਾਲ ਭਰਿਆ ਹੋਇਆ ਏ। ਇਸ ਕਰਕੇ ਭਾਈ ਸਾਧ ਜੀ ਨੇ ਤਾਂ ਇੱਕ ਵਾਰ ਦਰਸ਼ਨ ਕੀਤੇ ਛੇਵੇਂ ਪਾਤਸ਼ਾਹ ਦੇ, ਇੱਕ ਵਾਰ ਗੁਰੂ ਸਾਹਿਬਾਨ ਜੀ ਦੇ ਰੱਬੀ ਕਲਾਮ ਨੂੰ ਸੁਣਿਆ, ਅਤੇ ਇੱਕ ਵਾਰ ਹੀ ਭਾਈ ਲਹਿਣਾ ਜੀ ਨੇ ਸੁਣਿਆ ਸੀਗਾ। ਭਾਈ ਲਹਿਣਾ ਜੀ ਵੀ ਤਾਂ ਵੈਸ਼ਨੂ ਮੱਤ ਦੇ ਉਪਾਸ਼ਕ ਸਨ, ਵੈਸ਼ਨੂ ਮੱਤ ਦੇ ਪੁਜਾਰੀ ਸਨ, ਜਾਇਆ ਕਰਦੇ ਸਨ। ਉਹ ਆਪਣੇ ਨਗਰ ਦੀ ਸੰਗਤ ਨੂੰ ਨਾਲ ਲੈ ਕਰਕੇ ਵੈਸ਼ਨੂ ਦੇਵੀ ਦੇ ਦਰਸ਼ਨਾਂ ਵਾਸਤੇ, ਪਰ ਇੱਕ ਵਾਰ ਮਨ ਦੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਆਸ ਪੈਦਾ ਹੋਈ ਹੈ। ਅਤੇ ਆਸ ਪੈਦਾ ਕਿੱਥੋਂ ਹੋਈ ਹੈ? ਉਹਨਾਂ ਨੇ ਭਾਈ ਜੋਤ ਜੀ ਦੇ ਕੋਲੋਂ ਰੱਬੀ ਕਲਾਮ ਸੁਣਿਆ ਸੀ, ਆਸਾ ਦੀ ਵਾਰ ਪਾਵਣ ਬਾਣੀ, ਅਤੇ ਉਹਨਾਂ ਨੇ ਕਲਾਮ ਕੀ ਸੁਣਿਆ ਸੀਗਾ ਕਿ ਉਸ ਮਾਲਕ ਨੂੰ ਸਿਮਰਨਾ ਚਾਹੀਦਾ ਹੈ ਜਿਹਨੂੰ ਸਿਮਰਨ ਦਾ ਸਦਕਾ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਅਤੇ ਫਿਰ ਗੁਰੂ ਪਿਆਰੋ ਭਾਈ ਲਹਿਣਾ ਜੀ ਕਰਤਾਰਪੁਰ ਦੀ ਧਰਤੀ 'ਤੇ ਪਹੁੰਚੇ, ਅਤੇ ਉਹਦੇ ਤੋਂ ਬਾਅਦ ਵਿੱਚ ਫਿਰ ਗੁਰੂ ਪਿਆਰੋ ਮਜਾਲ ਹੈ ਕਿਤੇ ਕਿ ਉਹ ਦੇਵੀ ਮੱਤ ਦੇ ਧਾਰਨੀ ਹੋ ਗਏ ਹੋਣ ਜਾਂ ਵੈਸ਼ਨੂ ਮੱਤ ਵੱਲ ਚਲੇ ਗਏ ਹੋਣ, ਬਲਕਿ ਉਹਨਾਂ ਨੇ ਤਾਂ ਆਪਾ ਸਮਰਪਿਤ ਕਰ ਦਿੱਤਾ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਨੂੰ। ਅਤੇ ਜਿਹਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਆਪਾ ਸਮਰਪਿਤ ਕਰ ਦਿੱਤਾ, ਉਹੀ ਜਗਤ ਦਾ ਮਾਲਕ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੂਸਰੀ ਜੋਤ ਦਾ ਮਾਲਕ ਬਣ ਗਿਆ ਏ। ਵੇਖੋ ਗੁਰੂ ਸਾਹਿਬਾਨ ਜੀ ਦੀ ਬਖਸ਼ਿਸ਼। ਅੱਜ ਇਹੀ ਕਾਰਨ ਹੈ ਕਿ ਅਸੀਂ ਜ਼ਿੰਦਗੀ ਦੇ ਵਿੱਚ ਭਟਕਦੇ ਫਿਰਦੇ ਪਏ ਹਾਂ, ਕਿਉਂਕਿ ਨਾ ਤਾਂ ਅਸੀਂ ਕਦੇ ਭਾਈ ਲਹਿਣੇ ਜੀ ਦੀ ਤਰ੍ਹਾਂ ਗੁਰੂ ਦੇ ਸ਼ਬਦ ਨੂੰ ਸੁਣਿਆ, ਨਾ ਭਾਈ ਸਾਧ ਜੀ ਦੀ ਤਰ੍ਹਾਂ ਗੁਰੂ ਸਾਹਿਬਾਨ ਜੀ ਦੇ ਦਰਸ਼ਨ ਦੀਦਾਰੇ ਕੀਤੇ ਹੈ। ਬਿਸ਼ੱਕ ਅੱਜ ਬਹੁਤ ਸਮਾਂ ਹੋ ਗਿਆ ਸਾਨੂੰ ਗੁਰੂ ਦਰਬਾਰ ਵਿੱਚ ਆਉਂਦੇ ਹਾਂ, ਪਰ ਸਾਡਾ ਮਨ ਅਜੇ ਵੀ ਅਗਿਆਨਤਾ ਭਰਮਾਂ ਦੇ ਹਨੇਰੇ ਨਾਲ ਭਰਿਆ ਪਿਆ ਹੈ। ਇਸ ਕਰਕੇ ਗੁਰੂ ਸਵਾਰਿਓ, ਅਸੀਂ ਵੀ ਆਪਣੇ ਮਨ ਅੰਦਰ ਗੁਰੂ ਦੇ ਗਿਆਨ ਦਾ ਹੀ ਪ੍ਰਕਾਸ਼ ਕਰਨ ਦਾ ਯਤਨ ਕਰੀਏ, ਕਿਉਂਕਿ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਪਏ ਨੇ, ਸਤਿਗੁਰ ਸ਼ਬਦ ਉਜ਼ਾਰੋ ਦੀਪਾ।